ਇੱਕ ਪੋਸਤ ਦਾ ਡੋਡਾ ਉਹਦੀ ਕੁੰਡੀ ਹੈ ਨਿਆਰੀ ਨੇ ਦੁਨੀਆ ਆਕੜਨੇ ਮਾਰੀ ਨੇ ਦੁਨੀਆ ਆਕੜਨੇ ਤੈਨੂੰ ਖਾਪੜਿਆ ਕੁੱਤੇ ਦਾ ਛਾਲ ਹੀ ਫਿਰਦਾ हाँ जी सत श्रीकाल जी सारयां नूं। सो आज करदे आं कि तुसी सारे जाने ठीक ठाक ही होवोंगे, ठंड तो बचे होवोंगे। सो स्वागत है जी तुहाडा तुहाडे अपने चैनल जिसका नाम तुहानूं सारे नूं पता ही हरमन कूसा विच। सो तैनूं खापड़िया कुत्ते दा छाल ही फिरदा बेबे, कुत्ते दा नहीं बाहरला छाल है, तुसी कुत्ते दा कह के बेइज्जती कर। बेबे अज मैं तैनूं एक शायरी सुनाउणी है, बहुत ही सोहणी शायरी। बेबे शायरी सुनाउणी, सुन मेरी। सुना के ओ जिसे चज दी सुनाई कोई। बेशक पानी ठंडा सी पर मम्मी दे हाथ विच डंडा सी, डरदे डरदे मैं पानी पिंडे ते पालिया, आले चक मैं नाले आले चक। नाता कदों तू नाता? मैं चोरी चोरी नहा लेना, हुण दस के नहाउणा सारिआं नूं। सो अज की बनाउण लगे आ बेबे? इहनूं नहीं पता, पता कि नहीं पता? लो भी कूसा भी दसणगे, मम्मी जी होणी दसणगे की बना रहे अज। मम्मी जी दसो घरां दी। लो भी सेबां दा खोआ, ਤੁਸੀਂ ਸੁਣਿਆ ਪਹਿਲੀ ਵਾਰੀ ਹੋਣਾ, ਮੈਂ ਤੇ ਆ ਪਹਿਲੀ ਵਾਰ ਸੁਣਿਆ ਤੁਹਾਡਾ, ਮੈਨੂੰ ਪਤਾ ਨਹੀਂ। ਤੇ ਬੰਨ ਵੀ ਸਾਡੇ ਘਰ ਪਹਿਲੀ ਵਾਰੀ ਲੱਗਾ, ਤੇ ਸ਼ੈਫ ਜੀ ਪਹੁੰਚ ਚੁੱਕੇ ਨੇ ਬੜੇ ਦੂਰੋਂ। ਇੱਕ ਸ਼ੈਫ ਜੀ ਆਏ ਨੇ ਅਮਰੀਕਾ ਤੋਂ, ਇੱਕ ਆਏ ਨੇ ਕੈਨੇਡਾ ਤੋਂ। ਹਾਂਜੋ, ਸੋ ਸ਼ੈਫ ਜੀ ਤੁਹਾਨੂੰ ਕੈਨੇਡਾ ਤੋਂ ਆਉਂਦਿਆਂ ਨੂੰ ਕਿੰਨਾ ਕੁ ਟਾਈਮ ਲੱਗ ਗਿਆ? ਲੱਗ ਗਈ ਕਈ, ਦੋ ਤਿੰਨ ਘੰਟੇ। ਔਰ ਬੜੇ ਟਾਈਮ ਨਾਲ ਹੀ ਪਹੁੰਚ ਗਏ ਜੋ ਹੋਰ? ਕਿਹੜੇ ਜਹਾਜ਼ ਚ ਆਏ ਸੀ? ਅਸੀਂ ਹੈਲੀਕਾਪਟਰ ਚ। अच्छा हेलीकॉप्टर ਜੋ ਇਹ ਮੋਦੀ ਵਾਲੇ ਚ ਆਏ ਆ। अच्छा ਜਦੋਂ ਲੀਡਰ ਨਾ ਆਏਗੇ ਤਾਂ ਲੀਡਰ ਛੇੜੀ ਪਹੁੰਚ ਜਾਂਦੇ ਆ। ਤੇ ਨਾ ਕਿਸੇ ਦੇ ਲਫਾਫੇ ਜੇ ਪੈਸੇ ਦੇ ਅੱਗੇ ਲੈ ਆਉਣ ਤੱਕ ਕਿ ਸੜਨ ਦੇ ਵਿੱਚ ਤੁਸੀਂ ਲੈ ਕੇ ਨਹੀਂ ਆਏ। ਬੇਬੇ ਜੀ ਕਰਕੇ ਨਾ ਗੁੱਸਾ, ਸਵੇਰ ਸਵੇਰ ਰੋਸ ਕੀ ਨਾ ਬੇਬੇ। ਮੰਮੀ ਗੱਲ ਸੁਣਨ ਲੱਗੇ ਬਈ, ਕੋਈ ਸ਼ਰਾਬੀ ਸੀ ਬੈਠੇ ਆਏ ਤੇ ਅੱਗ ਸੇਕਦੇ ਸੀ, ਕੋਲੇ ਆ ਕੇ ਕੁੱਤੀ ਬਹਿ ਗਈ। ਉਹ ਕਾਲੀ ਕੁੱਤੀ ਸੀਗੀ ਤੇ ਕੁੱਤੀ ਨੂੰ ਹੀ ਐ ਕਰਕੇ ਬੈਠੇ ਰਹੇ ਸਾਰੀ ਰਾਤ। ਕੁੱਤੀ ਅੱਗ ਦੇ ਉੱਤੇ ਆ ਕੇ ਬਹਿ ਗਈ, ਅੱਗ ਦੇ ਉੱਤੇ ਆ ਕੇ ਸੇਕਣ ਲੱਗ ਪਈ ਉਹ ਵੀ ਵਿਚਾਰੀ, ਉਹ ਅੱਗ ਉੱਤੇ ਬਹਿ ਗਈ ਤੇ ਬੁੱਝ ਗਈ। ਉਹ ਆਂਦਾ ਕਿਹਨੇ ਘਰ ਲੁੱਟਿਆ ਸ਼ਰਾਬੀ ਮੋਰਦਾ ਤੇ ਵੇਖੀ ਤੈਨੂੰ ਕੱਲ ਪੇਕਿਆਂ ਨੂੰ ਤੋਰਦਾ, ਸਿਰੋਂ ਹੋਈ ਸਾਫ ਨਹੀਂ ਪ੍ਰਾਣ ਖਸਦੇ ਕਿ ਕਿੱਥੇ ਆ ਪ੍ਰਾਣ ਦਾ ਮੈਨੂੰ ਛੇਤੀ ਦੱਸ ਦੇ। ਵਾਹ ਜੀ ਵਾਹ, ਕੀ ਪਤਾ ਕੋਈ ਨਹੀਂ ਕਦੇ ਕਦੇ ਬੇਬੇ ਬੰਦਾ ਅੜ ਵੀ ਜਾਂਦਾ ਹਨਾ, ਹਰ ਕੋਈ ਪਰਫੈਕਟ ਥੋੜੀ। ਸਿਰੋਂ ਹੋਈ ਸਾਫ ਨਹੀਂ ਪ੍ਰਾਣ ਖਸਦੇ, ਹਾਂ ਕਿੱਥੇ ਆ ਪ੍ਰਾਣ ਦਾ ਮੈਨੂੰ ਛੇਤੀ ਦੱਸ ਦੇ, ਛੇਤੀ ਦੱਸ ਦੇ। ਤੇ ਇੱਧਰ ਅੱਗ ਸਾਡੀ ਬਾਲ ਚੁੱਕੀ ਆ। ਲਓ ਵੀ ਦੁੱਧ ਜੀ ਵੀ ਪਹੁੰਚ ਗਏ ਬੇਬੇ, ਐਂ ਦੁੱਧ ਪਾ ਦਈਏ? ਮੈਨੂੰ ਕਹਿੰਦਾ ਪਾ ਦੇ ਦੁੱਧ ਜੀ ਸੇਵੀਆਂ। ਹਾਂ ਪਾ ਦੋ ਫਿਰ, ਸੇਵੀਆਂ ਨਹੀਂ ਬਣਾਉਣੀਆਂ ਅੱਜ ਕਹਿੰਦੇ। ਸੇਵਾ ਕੋਈ ਹੱਥ ਪੜਤੀ ਪਵਾਏ, ਮਾਂ ਮੇਰੀ ਨੂੰ ਕਹਿੰਦਾ ਦੇ ਦੇ ਦੁੱਧ ਜੀ ਸੇਵੀਆਂ ਪਾ ਕੇ। ਕੀ ਖੁਰਚ ਨੂੰ ਕੇਰੇ ਮਾਰਾਂਗੇ ਕੜਾਈ ਚ? ਕਿਉਂ ਮੇਰੇ ਕੇ ਮਾਰਨਾ, ਤੇ ਤੂੰ ਕੰਮ ਨਹੀਂ ਕੋ ਕਰਦਾ? ਮੈਂ ਹੋਰ ਕੀ ਕਰੀ ਜਾਵਾਂ, ਸਾਰੇ ਲੋਕਾਂ ਨੂੰ ਦਿਖਾਉਣਾ ਨਹੀਂ ਕਿ ਕਿਵੇਂ ਬਣਾਈਦਾ। ਹਾਂ ਜੇ ਦੋਕਰ ਮਖਾਣੇ ਫੋਨ ਫੜ ਕੇ ਬੈਠਾ ਰਹਾ ਬਸ, ਬਣਾਓ ਨਾ ਹੋਰ ਫੋਨ। ਬਾਪੂ ਨੂੰ ਫੜਾ ਦਈਏ ਆਪਾਂ? ਬਾਪੂ ਨੇ ਫੋਨ ਕੀ ਕਰਨਾ, ਤੇ ਪਹਿਲੇਗਾ ਨਿੱਕਾ ਜਿਹਾ ਬੱਚਾ ਗਿਆ। ਪਾ ਦੇ ਦੁੱਧ ਮੰਮੀ, ਦੁੱਧ ਪਾ ਦਿਓ ਕਰਾਂ ਦੀ, ਲਿਆ ਕੇ ਕੜਾਈ ਦੇ ਵਿੱਚ। ਲਓ ਵੀ ਪਹਿਲਾ ਆਪਾਂ ਪਾ ਕਰੀਮਾਂ ਦੁੱਧ ਆਪਣੇ ਘਰ ਦਾ ਮੱਝ ਵਾਲਾ ਦੁੱਧ ਆ। ਲਓ ਵੀ ਡੇਰੀ ਡੂਰੀ ਵਾਲਾ ਨਾ ਪਾ ਦਿਓ, ਡੇਰੀ ਵਾਲੇ ਐਸੇ ਵੈਸੇ ਹੁੰਦੇ ਦੁੱਧ ਜੀ। ਨਹੀਂ ਡੇਰੀ ਵਾਲੇ ਵੀ ਵਧੀਆ ਦਿੰਦੇ, ਜਦੋਂ ਆਪਣੀਆਂ ਮੱਝਾਂ ਦੇਣ ਵੜ ਜਾਂਦੀਆਂ ਤਾਂ ਆਪਾਂ ਡੇਰੀ ਚੱਲੇ। ਲਓ ਵੀ ਦੋ ਜੱਗ ਪਾ ਦੇ ਆਪਾਂ ਦੁੱਧ ਦੇ, ਤੇ ਬਾਅਦ ਜੋ ਹੁਣ ਕੀ ਕਰਨਾ ਮੰਮੀ, ਨੈਕਸਟ ਸਟੈਪ ਕੀ ਹੋਊਗਾ ਆਪਣਾ? ਹੁਣ ਆਪਾਂ ਜਿਹੜੇ ਹੈਗੇ ਆ ਨਾਨੀ ਹੁੰਦਾ ਸੇਵ, ਇੱਕ ਤੂੰ ਕੱਟ ਕੱਟ ਗੱਲਾਂ ਦਾ ਬਾੜੀਆਂ ਕਰ ਬੇਬੇ, ਪਿਆਰ ਨਾਲ ਬੋਲਿਆ ਕਰੋ, ਇੱਜ਼ਤ ਨਾਲ ਬੋਲਿਆ ਕਰੋ, ਇੱਜ਼ਤ ਕਰਿਆ ਕਰੋ ਮੇਰੀ, ਘਰੇ ਖੜੋ ਮੈਂ ਤਾਂ ਪਿਆਰ ਨਾਲ ਬੋਲਿਆ ਕਰੋ ਤੇ ਨਾ ਘਰੇ ਹੀ ਰਹਿਣਾ। ਹੋਰ ਮੈਂ ਗਾ ਸ਼ਿਮਲੇ ਰਹਿਣਾ ਜਾਂ ਕੈਨੇਡਾ ਭੇਜਦਾ ਤੁਸੀਂ ਮੈਨੂੰ? ਲੋਭ ਹੋ ਜਾਂਦਾ ਜਾਂ ਸਵੇਰੇ ਉੱਠ ਕੇ ਵੇਖਦੇ ਬਿਸਤਰੇ ਤੇ ਭੁੱਜਿਆ ਹੁੰਦਾ, ਮੈਂ ਖਾਲੀ ਕਿੱਥੋਂ ਆ ਜਾਂਦਾ। ਲਓ ਵੀ ਇਧਰ ਜਿਹੜੇ ਸੇਬ ਆ ਸਾਰੇ ਕੱਦੂ ਕੱਚ ਕਰ ਲੈਣੇ, ਕਿੰਨੇ ਸੇਬ ਦੀ ਮੰਮਾ? 8 ਕਿ ਹੋਣੇ ਆ? ਇਹ ਸੇਬ ਹੈਗੇ ਆ 2.5 3 ਕਿਲੋ ਸੇਬ ਆ। 7 ਮਹੀਨੇ ਮੁੰਡੇ ਜੰਮੇ ਜੰਮ ਜੰਮ ਲਾਲੇ ਟੇਰਨੀ ਵਿੱਚ ਵਾਣਾ ਦੇ, ਕਾਦੀ ਕਰਨਗੇ ਮੇਰਨੀ ਵਿੱਚ ਵਾਣਾ ਦੇ, ਕਾਦੀ ਕਰਨਗੇ ਮੇਰ। ਲੋ ਵੀ ਮੰਮੀ ਕਹਿੰਦੇ ਸਰਾਈ ਕਰਾਈ ਜਾਂਦੇ ਆ, ਕਰਾਂਦੀ ਸੇਬ ਸੂਬ ਜੇ ਸਾਰੇ ਕਰਾਂਦੀ ਛਲ ਛਲ ਕੇ ਰੱਖੀ ਜਾਂਦੇ ਆ, ਕੱਦੂ ਕਸ਼ ਕਰੀ ਜਾਂਦੇ ਆ, ਵਿਚਾਲੇ ਕੱਟ ਕੱਟ ਦੇ ਰੱਖੀ ਜਾਂਦੇ, ਵਿਚਾਲੇ ਜੇ ਵਿਚਾਰੇ ਆ ਟੋਪੀਆਂ ਹੀ ਆ ਤੇ।
ਮੰਮੀ ਮਿੱਠਾ ਮੁੱਠਾ ਵੀ ਪਾਉਣਾ ਸਾਰਾ ਕੁਝ ਹਾਂ ਮਿੱਠਾ ਵੀ ਪਾਉਣਾ ਮਿੱਠੇ ਨਾਲ ਹੀ ਗੱਲ ਬਣਨੀ ਇਸ ਸਿਰ ਨੂੰ ਬਹੁਤ ਚੰਗੇ ਹੁੰਦੇ ਜਿਨ੍ਹਾਂ ਦੇ ਸਿਰ ਸੂਰ ਵੀ ਦੁਖਦੇ ਆ ਅੱਛਾ ਲਾਵੇ ਕਰਾਂ ਦੇ ਨੁਕਸੇ ਵੀ ਮੰਮੀ ਹੋਣੀ ਨਾਲੇ ਨਾਲ ਦੱਸੀ ਜਾਂਦੇ ਬਹੁਤ ਹੀ ਫਾਇਦੇ ਦੀ ਚੀਜ਼ ਆ ਕਰਾਂ ਦੀ ਅਸੀਂ ਵੀ ਪਹਿਲੀ ਵਾਰੀ ਬਣਾਉਣ ਲੱਗੇ ਫਾਇਦੇ ਦੀ ਚੀਜ਼ ਆ ਪਰ ਆਪਾਂ ਵੀ ਪਹਿਲੀ ਵਾਰੀ ਬਣਾਉਣ ਲੱਗੇ ਆ ਸੋ ਵੇਖੋ ਤੇ ਬਸ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਆ ਕਰੋ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਬੜੇ ਫਾਇਦੇ ਦੀਆਂ ਚੀਜ਼ਾਂ ਨੇ ਨਾਲੇ ਵੇਖੋ ਹੱਸੋ ਖੇਡੋ ਰਜਾਈ 'ਚ ਬੈਠੇ ਨਿਆਰੇ ਲਓ ਨਾਲੇ ਬੇਬੇ ਠੰਡ ਤੋਂ ਬਚੋ ਕਿਉਂ ਬੇਬੇ ਨਹੀਂ ਭਰਾਵਾ ਬਾਹਾਂ ਮਾਰਨੀਆਂ ਪੈਂਦੀਆਂ ਠੰਡ ਤੋਂ ਬਚੋ ਐਵੇਂ ਉਹ ਤੇ ਤੁਸੀਂ ਮਾਰੀ ਜਾਂਦੇ ਆ ਤੇ ਮਾਰਨੀਆਂ ਪੈਂਦੀਆਂ ਮਜਬੂਰੀ ਆ ਉਹ ਤਾਂ ਨਹੀਂ ਮਾਰਦਾ ਮੈਂ ਵੀ ਨਾਲ ਇੰਨਾ ਵੱਡਾ ਕੰਮ ਕਰੀ ਜਾਂਦਾ ਕਿ ਮੈਂ ਸਾਰੇ ਅੱਗ ਸੇਕ ਜਾਣਾ ਜੱਗ ਫੜ ਫੜ ਦੋ ਦੋ ਜੋੜ ਕੇ ਰੱਖ ਦਿੱਤੇ ਵਾਹ ਸੁਣਾਓ ਨਹੀਂ ਤਾਂ ਮੈਨੂੰ ਮੁੰਡਾ ਡੰਡੀਆਂ ਕਰਾ ਦੇ ਨਹੀਂ ਤਾਂ ਕਰਾ ਦੇ ਜੁੱਟ ਮੁੰਡੇ ਆਵੇ ਨਹੀਂ ਤਾਂ ਜਾਊਗਾ ਮਲਾਜਾ ਟੁੱਟ ਮੁੰਡਿਆ ਨਹੀਂ ਤਾਂ ਜਾਊਗਾ ਮਲਾਜਾ ਟੁੱਟ ਮੁੰਡਿਆ ਵਾਹ ਜੀ ਵਾਹ ਬੇਬੇ ਇੱਧਰ ਮਲਾਜਾ ਤੂੰ ਅੱਖਾਂ ਤੇ ਨਾ ਛੱਡੀ ਮੇਰੇ ਲਿਆ ਕੇ ਖਰਚਣਾ ਜਾ ਵਾਹ ਜੀ ਵਾਹ ਇੱਧਰ ਲੱਗੇ ਪਏ ਆ ਬਹੁਤ ਹੀ ਸੋਹਣਾ ਘੈਂਟ ਦ੍ਰਿਸ਼ ਅੱਜ ਵਾਲਾ ਵਲੌਗ ਮਿੱਤਰੋ ਕੁਕਿੰਗ ਤੇ ਆ ਖਾਣ ਪੀਣ ਵਾਲੀਆਂ ਚੀਜ਼ਾਂ ਬਣ ਗਈਆਂ ਜਾਂ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਹਸਾਵਾਂਗੇ ਲਓ ਵੀ ਮਿੱਤਰ ਉਹ ਆਪਣਾ ਖੋਆ ਤੇ ਬਣੀ ਜਾਣਾ ਉੱਧਰ ਮੰਮੀ ਜੀ ਲੈਚੀਆਂ ਲੂਚੀਆਂ ਕੁੱਟੀਆਂ ਦੇ ਸੇਬਾਂ ਦਾ ਖੋਆ ਹੁਣ ਆਪਾਂ ਗੱਲ ਕਰਦੇ ਬਾਤ ਦੀ ਬੇਬੇ ਪਿਛਲੇ ਵਲੌਗ ਵਿੱਚ ਆਪਾਂ ਕਿਹੜੀ ਬਾਤ ਪਾਈ ਸੀ ਪਾਈ ਸੀ ਕੋਨਾ ਮੋਨਾ ਵਹਿਰਕਾ ਹਲਵਾਵੇ ਟਿੱਬੀ ਢਾਵੇ ਅਸੀਂ ਉਹਦੇ ਨੱਥਾ ਮਾਰੀਆਂ ਤਾਂ ਵੀ ਮੁੜਕਦਾ ਜਾਵੇ ਤੇ ਇਹਦਾ ਆਨਸਰ ਦੱਸੋ ਸਾਰਿਆਂ ਨੂੰ ਇਹ ਢੋਲ ਆ ਇਹਦਾ ਆਨਸਰ ਸੀ ਢੋਲ ਸੋ ਬੜੇ ਜਾਣਿਆਂ ਦੇ ਕਮੈਂਟ ਆਏ ਕਿ ਵੀਰੇ ਇਹਦਾ ਆਨਸਰ ਢੋਲ ਹੈ ਇਹਦਾ ਕੀ ਆ ਪਰ ਇਹਦਾ ਅਸਲੀ ਆਨਸਰ ਸੀ ਢੋਲ ਸੋ ਅੱਜ ਵਾਲੇ ਵਲੌਗ ਲਈ ਬਾਤ ਪਾਉਣਗੇ ਮੰਮੀ ਜੀ ਸੋ ਹੁਣ ਆਪਾਂ ਕੈਮਰਾ ਲੈ ਕੇ ਚੱਲੇ ਮੰਮੀ ਜੀ ਆ ਮੰਮੀ ਕਰਾਂ ਦੀ ਅੱਜ ਦੇ ਵਲੌਗ ਵਾਸਤੇ ਬਾਤ ਪਾ ਦੋ ਡੱਬ ਖੜੱਬੀ ਬੱਕਰੀ ਡੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ ਸੋ ਇਸ ਬਾਤ ਦਾ ਆਨਸਰ ਜਾ ਕੇ ਕਮੈਂਟਾਂ ਵਿੱਚ ਦੱਸੋ ਕੀ ਹੋ ਸਕਦਾ ਤੇ ਛੇਦੀ ਛੇਦੀ ਜਾਓ ਤੇ ਕਮੈਂਟ ਕਰੋ ਲਓ ਵੀ ਮੰਮੀ ਕਰਾਂ ਦੀ ਲੈਚੀਆਂ ਲੂਚੀਆਂ ਚੰਗੀ ਤਰ੍ਹਾਂ ਕੱਟ ਦੋ ਹੋਰ ਕੀ ਕੀ ਪਾਉਣਾ ਪਹਿਲੇ ਲੈਚੀਆਂ ਵਿੱਚ ਖਾਸ ਖਾਸ ਜੁੱਟ ਵੀ ਪਾ ਸਕਦੇ ਆ ਕਿਉਂਕਿ ਸਿਰ ਨੂੰ ਵਧੀਆ ਕਿਉਂ ਇਹ ਆਪਾਂ ਤਾਂ ਬਣਾਉਣੇ ਪਏ ਆ ਚਲੋ ਖਾਣ ਵਾਸਤੇ ਤਾਂ ਵਧੀਆ ਹੈਗਾ ਸਿਰ ਵਾਸਤੇ ਵੀ ਸੱਚੀ ਬਹੁਤ ਵਧੀਆ ਏ ਕਿਉਂਕਿ ਵੀ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਕਿਉਂਕਿ ਉਹ ਨਹੀਂ ਨਾ ਖਾ ਸਕਦਾ ਪੰਜੀਰੀ ਨਹੀਂ ਖਾ ਸਕਦਾ ਤੇ ਵਧੀਆ ਉਹ ਇਹ ਚੀਜ਼ ਬਣਾ ਸਕਦੇ ਜਿਨ੍ਹਾਂ ਦਾ ਸਿਰ ਦੁਖਦਾ ਦੁਖਦਾ ਜਿਨ੍ਹਾਂ ਦਾ ਖਾਣ ਤੇ ਬਣਾਉਣਾ ਸਿਰ ਨੂੰ ਨਹੀਂ ਲਾਉਣਾ ਹਾਂ ਸੋ ਜਿਨ੍ਹਾਂ ਦਾ ਸਿਰ ਦੁਖਦਾ ਉਹਨਾਂ ਵਾਸਤੇ ਬੜੀ ਵਧੀਆ ਚੀਜ਼ ਆ ਜਿਨ੍ਹਾਂ ਦਾ ਹੈਡੈਕ ਹੁੰਦਾ ਹੀ ਰਹਿੰਦਾ ਸੋ ਇਹ ਚੀਜ਼ ਤੁਸੀਂ ਵੀ ਜਰੂਰ ਘਰੇ ਬਣਾਇਓ ਆ ਲੈਚੀਆਂ ਪਾਉਣ ਲੱਗੇ ਲੈਚੀਆਂ ਲੂਚੀਆਂ ਪਾ ਟੇਸਟ ਵਧੀਆ ਹੁੰਦਾ ਟੇਸਟ ਉਸ ਦਾ ਬਦਾਮ ਕਾਜੂ ਜੋ ਮਰਜ਼ੀ ਪਾ ਸਕਦੇ ਹਾਂ ਉਹ ਆਪਣੀ ਸ਼ਰਤ ਆਪਾਂ ਕੀ ਚੀਜ਼ ਪਾਉਣੀ ਆ ਬਾਕੀ ਉਹ ਆਪਾਂ ਕੱਦੂਕਸ ਕਰਕੇ ਆਪਣੇ ਆ ਖਾਸ ਖਾਸ ਸੇਬ ਰੱਖੇ ਹੋਏ ਆ ਤੇ ਆ ਆਪਾਂ ਖਾਸ ਖਾਸ ਵੇਖਿਓ ਥੋੜੀ ਪਾਇਓ ਕਿਤੇ ਹੋਰ ਕਿੰਨੀ ਪਾਉਣੀ ਹੈ ਥੋੜੀ ਜਿਹੀ ਪਾ ਦਿੰਦੇ ਆ ਨਾ ਬੇਬੇ ਸਾਰੀ ਛੱਡ ਦੇ ਕੇ ਨੂੰ ਹਾਂ ਬਾਕੀ ਦਾ ਕੀ ਗਾਂ ਚਮਨ ਬ੍ਰਸ਼ ਬਣਾਉਣਾ ਇੱਕ ਪੋਸਤ ਦਾ ਡੋਡਾ ਉਹਦੀ ਕੁੰਡੀ ਹੈ ਨਿਆਰੀ ਨੇ ਦੁਨੀਆ ਆਕੜਨੇ ਮਾਰੀ ਨੇ ਦੁਨੀਆ ਆਕੜਨੇ ਆ ਕੇ ਬੇਬੇ ਦੁਨੀਆ ਆਕੜਨੇ ਲੈ ਕੇ ਰੱਖ ਬੈਠੀ ਹੋਈ ਆ ਦੁਨੀਆ ਹਨਾ ਪੰਜ ਸੱਤ ਪੱਕੀਆਂ ਚੁਬਾਰੇ ਵਿੱਚ ਰੱਖੀਆਂ ਹਾਏ ਮਸ਼ਾ ਭੁਰ ਖਾ ਜਾਣਗੇ ਨੋ ਸੱਸ ਦੀ ਲੜਾਈ ਪਾਜਣਗੇ ਨੋ ਸੱਸ ਦੀ ਲੜਾਈ ਪਾ ਜਾਣਗੇ ਕੌਣ ਪਾਜੂ ਬੇਬੇ ਅੱਛਾ ਕਿਉਂ ਲੜਾਈ ਕਾ ਤੋਂ ਅੱਛਾ ਮੈਂ ਨਾ ਹਰ ਇੱਕ ਵਲੌਗ ਚ ਕਹਿੰਦਾ ਨਾ ਕਿ ਜਿਹੜੀਆਂ ਬੋਲੀਆਂ ਆ ਇਹ ਆਪਣਾ ਵਿਰਸਾ ਆ ਸੋ ਵਿਆਹ ਸ਼ਾਦੀ ਚ ਵੀ ਕਈ ਵਾਰੀ ਹੁੰਦਾ ਕਿ ਬੋਲੀਆਂ ਪਾਉਣ ਦੀ ਕਿਉਂਕਿ ਜਾਗੋ ਜੁਗੋ ਤੇ ਬੋਲੀਆਂ ਪਾਉਂਦੇ ਹੀ ਆ ਸਾਰੇ ਜਾਣੇ ਸੋ ਕਈ ਵਾਰੀ ਆਪਾਂ ਨੂੰ ਨਹੀਂ ਬੋਲੀਆਂ ਲੱਭਦੀਆਂ ਸੋ ਜਿਹੜੀਆਂ ਬੇਬੇ ਜੀ ਬੋਲੀਆਂ ਪਾਉਂਦੇ ਹੁੰਦੇ ਉਹ ਤੁਸੀਂ ਕਾਪੀ ਤੇ ਨੋਟ ਕਰ ਲਿਆ ਕਰੋ ਤਾਂ ਜੋ ਪੱਕੀਆਂ ਤੁਹਾਨੂੰ ਪਤਾ ਲੱਗ ਜੇ ਤਾਂ ਜੋ ਗਾਂ ਨੈਟ ਨੂਟ ਤੇ ਸਰਚ ਕਰਨ ਦੀ ਲੋੜ ਹੀ ਨਾ ਪਵੇ ਸੋ ਕਾਪੀ ਤੇ ਨੋਟ ਜ਼ਰੂਰ ਕਰ ਲਿਆ ਕਰੋ ਬੇਬੇ ਦੀਆਂ ਬੋਲੀਆਂ ਇਹੋ ਜਿਹੀਆਂ ਬੋਲੀਆਂ ਤੁਹਾਨੂੰ ਨੈਟ ਤੇ ਨਹੀਂ ਲੱਭਣੀਆਂ ਜੇ ਇਹੋ ਜਿਹੀਆਂ ਬੇਬੇ ਜੀ ਨੇ ਤੁਹਾਨੂੰ ਦੱਸ ਦੇਣੀਆਂ ਇਹ ਗੱਲ ਸੱਚੀ ਆ ਓਹੋ ਮਾਈ ਗੋਡ ਸੋ ਮੱਚ ਧੂਆਂ ਤੇ ਇੱਧਰ ਬੇਬੇ ਜੀ ਨੇ ਕਹਿੰਦੇ ਸਾੜਤਾ ਖੋਆ ਸਾਰਾ ਹੀ ਖੋਆ ਸਾੜ ਕੇ ਰੱਖਤਾ ਲਓ ਵੀ ਸਾੜਤਾ ਖੋਆ ਕਰਤਾ ਕੰਮ ਹੋਈ ਬੇਬੇ ਜੀ ਨੇ ਜਿਹਦਾ ਡਰ ਸੀ ਇਹ ਸ਼ੈਫ ਜੀ ਕੀ ਕੰਮ ਕਰਤਾ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਬਸ ਹੁਣ ਤੁਹਾਨੂੰ ਪੈਸੇ ਨਹੀਂ ਪੂਰੇ ਮਿਲਨੇ ਨਾ ਮਿਲਣਾ ਆਪਾਂ ਪੈਸੇ ਕੀ ਕਰਨੇ ਆ ਹਾਂ ਤੂੰ ਕਹ ਬੇਬੇ ਸਾਨੂੰ ਤਾਂ ਬਸ ਪਿਆਰ ਚਾਹੀਦਾ ਸਾਨੂੰ ਤਾਂ ਮਹਾਰਾਜ ਦੀ ਤੰਦਰੁਸਤੀ ਚਾਹੀਦੀ ਹੈ ਤਾਂ ਕੋਈ ਪੈਸੇ ਪੂਸੇ ਕੀ ਕਰਨੇ ਪੈਸੇ ਨੇ ਕਿਹੜਾ ਨਾ ਬਿਲਕੁਲ ਸਹੀ ਗੱਲ ਆ ਬੇਬੇ ਪੈਸੇ ਕਿਹੜਾ ਨਾ ਜਾਣੇ
ਕਾਣੀ ਕੌਡੀ ਵੀ ਨਾ ਜਾਂਦੀ ਮੌਤ ਅੱਗੇ ਸਭ ਹਰ ਗਏ ਨਾਲ ਗਏ ਨਾ ਕਾਣੀ ਕੌਡੀ ਬਿਲਕੁਲ ਪੈਸਾ ਪੂਸਾ ਸਾਰੇ ਇੱਥੇ ਹੀ ਰਹੇ ਆ ਨਹੀਂ ਪਾ ਦਿਓ ਪਾ ਦਿਓ ਤਾਂ ਕਰਕੇ ਮੈਂ ਕਹਿਣਾ ਹੁੰਦਾ ਕਿ ਪੈਸਾ ਪੂਸਾ ਮੈਨੂੰ ਦੇ ਦਿਓ ਕਹਿਣ ਦੀਆਂ ਗੱਲਾਂ ਹੁੰਦੀਆਂ ਸਭ ਪੈਸੇ ਨੂੰ ਪਿਆਰ ਕਰਦੇ ਲਓ ਵੀ ਹੁਣ ਪਾਉਣ ਲੱਗੇ ਸੇਬ ਸਾਰੇ ਧਿਆਨ ਨਾਲ ਪਾਇਓ ਏ ਕਿਉਂਕਿ ਉਹ ਨਾ ਥੋੜਾ ਸੰਘਣਾ ਹੋ ਗਿਆ ਦੁੱਧ ਸੱਚੇ लो भी पा दे इधर सेब सारे क्यों सारे सेब पा दिते ने ए ते मम्मा वेख नु बड़ा लगी आंदा घैंट चीज बनू है ना हेल्थी ते है गई आ ते टेस्टी भी बड़ा होना है हां बस बन जे अपने केक अंगू ना होए चिट्टे ना चौणा लियां चिट्टियां वे पिनियां छामे मिठा खाना पसंद कर दे मामा आप घट ही पाया करिए मिठा मुठा भी बस करो मोटी खंड है खंड मोटी है खोआ बना के खवाया करना कद पंजीरी तोड़े को लड़िया थोड़ी करना मैं प्यार ही बड़ा होया करना सा खुश करके रखिया करना जे रात जांदे कान मार कले तो खांदे लोगी ए भी देख लांगे भी किन्ना का प्यार वादा ते की हुंदा ਤੁਸੀਂ ਭਾਵੇਂ ਚੁਗਲੀਆਂ ਲਾ ਲਿਆ ਕਰੋ ਕਿ ਇਦਾਂ ਕਰਕੇ ਨਾ ਜੀ ਇਹ ਦੇਖਦਾ ਹੈ ਇਹਨੂੰ ਤਾਂ ਵਿਆਹ 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 ਜਦੋਂ ਵਿਆਹ ਹੋ ਗਿਆ ਬੂਥੀ ਨਹੀਂ ਰਹਿਣਗੀ ਇਹ ਮੇਰੇ ਤੋਂ ਸਿਖਾ ਲਾ ਤੂੰ ਲੋ ਵੀ ਕਿਆ ਕਰੋ ਕਰਾਣੀ ਸੇਬ ਵਾਲਾ ਖੂਆ ਆਇਆ ਮੂੰਹ ਚ ਪਾਣੀ ਕਿ ਨਹੀਂ ਕਿਉਂ ਬੇਬੇ ਕਰਾਦਾ ਸਿਰਾ ਕਰਾਦਾ ਸਿਰਾ ਹਾਂ ਨਹੀਂ ਡਲੇ ਤੁਸੀਂ ਬੇਬੇ ਕਪਲ ਲੜਦੇ ਕਾ ਤੋਂ ਰਹਿੰਦੇ ਘਰ ਵਾਲਾ ਤੇ ਘਰ ਵਾਲੀ ਇਹ ਕਾ ਤੋਂ ਲੜਦੇ ਮਾਰੀਆਂ ਮੋਟੀਆਂ ਗੱਲਾਂ ਤਾਂ ਲੜਦੇ ਰਹਿੰਦੇ ਆ ਇਹ ਜਦੋਂ ਤੇਰੇ ਤੇ ਪਈ ਤੇ ਪਤਾ ਲੱਗ ਜੂਗਾ ਵੀ ਕਿਵੇਂ ਇਹ ਮੈਨੂੰ ਪਤਾ ਸਾਡੇ ਚ ਪਿਆਰ ਮੈਂ ਖੁਸ਼ੀ ਕਰੀ ਰੱਖਿਆ ਕਰਨਾ ਹਾਂ ਹਾਂ ਤੂੰ ਰੋਜ਼ ਕੜਾਈ ਰੱਖਿਆ ਰੱਖੀ ਤੇ ਖੋਏ ਉਹਦੇ ਖੋਆ ਬਣਾ ਲਿਆ ਕਦੇ ਪੰਜੀਰੀ ਬਣਾ ਲਈ ਕਦੇ ਗਜਰੇਲਾ ਬਣਾ ਲਿਆ ਮੈਂ ਗੁੱਸੇ ਹੋਣ ਹੀ ਨਹੀਂ ਦਿਆ ਕਰਨਾ ਨੂੰ ਜਾਈ ਨਾ 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 ਬੇਬੇ ਸਾੜ ਨਾ ਦੇਵੇ ਮੈਨੂੰ ਲੱਗਦਾ ਪਰੋਂ ਸੜ ਗਈ ਸਾਰੀ ਕੜਾਈ ਬੇਬੇ ਫੜ ਲਾ ਇਹ ਬੋਲਣ ਜੋਗਾ ਹੀ ਆ ਕਾਰਨ ਕਰਾਉਣ ਜੋਗਾ ਕੁਛ ਨਹੀਂ ਬੱਲੇ ਬੱਲੇ ਇਸ ਵੀ ਪਾਲਾ ਖੋਆ ਸਾਡਾ ਬੱਲੇ ਬੇਬੇ ਪਹਿਲੀ ਵਾਰੀ ਬਣਾਉਣੇ ਪਏ ਹੋਰ ਨਾ ਇਹ ਆਪਣਾ ਖੋਆ ਆ ਵਿਚਾਰਾ ਬਣੇ ਹੀ ਨਾ ਹੋਰ ਹੀ ਕੁਝ ਬਣ ਜੇ गल ठीक है क्यों बेचारा ठंड ठंड ना सूंगड़िया पिया ਹੁਣ ਇਹ ਚ ਕੀ ਕਰਨਾ ਆਪਾਂ ਇਹਦੇ ਚ ਕੱਢਣਾ ਤੈਨੂੰ ਸੇਕ ਦਵਾ ਦੋ ਨਹੀਂ 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 ਆਪੇ ਟੱਕੇ ਰਹਿਣੇ ਮਿੱਟੀ ਮੇਰੀ ਕੋਈ ਗੱਲ ਹੀ ਨਹੀਂ ਮੰਨਦੇ ਮੇਰੀ ਵੈਲਿਊ ਨਹੀਂ ਕੋਈ ਇਸ ਘਰ ਵਿੱਚ ਕੋਈ ਵੈਲਿਊ ਨਹੀਂ ਤੇਰੀ ਨਹੀਂ ਰੈਲੀ ਆ ਤੇਰੀ ਲਓ ਵੀ ਬੇਬੇ ਜੀ ਕਹਿੰਦੇ ਬਲਬਲੀਆਂ ਮੁੱਕ ਗਈਆਂ ਇਸ ਦਾ ਮਤਲਬ ਕਿ ਖੋਆ ਰੈਡੀ ਹੋ ਗਿਆ ਆ ਮੁੱਕ ਗਈਆਂ ਸੱਚੀ ਮੁੱਕ ਗਈਆਂ ਖਤਮ ਹੀ ਹੋ ਗਈਆਂ ਚਲੋ ਵੀ ਪਾਓ ਵਿੱਚ ਤੂੰ ਤਾਂ ਵਧੀਆ ਜਿਹਾ ਬਣ ਗਿਆ ਨਾ ਸੋਹਣਾ ਬਣ ਗਿਆ ਕੈਂ ਬਹੁਤ ਪੂਰਾ ਇੱਕ ਨੰਬਰ ਹੋ ਗਿਆ ਕਿਉਂ ਵੀ ਕਰਾਂ ਦੀ ਚੈੱਕ ਕਰੋ ਖੋਆ ਆਇਆ ਮੂੰਹ ਪਾਣੀ ਨਾਲੇ ਸੇਬਾਂ ਦੀ ਸਮੈਲ ਜੀ ਬੜੀ ਵਧੀਆ ਲਓ ਮਿੱਤਰੋ ਤੁਸੀਂ ਵੀ ਜਿਵੇਂ ਅਸੀਂ ਬਣਾਇਆ ਉਵੇਂ ਤੁਸੀਂ ਵੀ ਬਣਾਓ ਲਓ ਵੀ ਐਂਡ ਦੀ ਐਂਡ ਹੋ ਗਿਆ ਖੋਆ ਰੈਡੀ ਹੁਣ ਖਾ ਕੇ ਪਤਾ ਲੱਗੂ ਕਿਦਾਂ ਦਾ ਬਣਿਆ ਵੇਖਣ ਨੂੰ ਤੇ ਬਹੁਤ ਹੀ ਯਮੀ ਤੇ ਟੇਸਟੀ ਲੱਗੀ ਆਦਾ ਜੂਸੀ ਜੂਸੀ ਕੜਾਈ ਸਾਲ ਦੀ ਕੜਾਈ ਬੇਬੇ ਇਹ ਤਾਂ ਮੈਨੂੰ ਕਰਨੀ ਪੈਣੀ ਹੁਣ ट्राई ते करके देखिया करो किन्नी के औखी आ तू आना लखा तू इना लखा लाल हो गया लाल हो गया आस कर दिया कि तुहानू सारयां नू साडा इह व्लॉग जरूर पसंद आया होगा ते पसंद आया वीडियो नू लाइक कर दिओ शेयर कर दिओ
ਤੇ ਕਮੈਂਟ ਕਰਕੇ ਜਰੂਰ ਦੱਸਿਓ ਉਹ ਬਾਤ ਦਾ ਵੀ ਆਨਸਰ ਦੱਸਿਓ ਕੀ ਆ। ਸੋ ਨਵੇਂ ਨਵੇਂ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂ ਬੇਬੇ। ਹਾਂ ਫੋਲੋ ਕਰਿਆ ਜਾਵੇ ਸਾਨੂੰ ਚੰਗਾ ਲੱਗਾ ਤੇ ਸਾਨੂੰ ਦੱਸੋ ਜੇ ਹੋਰ ਬਣਾ ਲਾਂਗੇ। ਹਾਂ ਹੋਰ ਬਣਾ ਲਾਂਗੇ ਵਲੌਗ ਤੇ ਆਪਣੇ ਆਉਂਦੇ ਰਹਿਣੇ ਬੇਬੇ ਦੀਆਂ ਬੋਲੀਆਂ ਜਿਹਨੇ ਸੋਨੀਆਂ ਪਿਛਲੇ ਸਾਰੇ ਵਲੌਗ ਹੀ ਦੇਖ ਲਓ ਹਰ ਇੱਕ ਵਲੌਗ 'ਚ 3-4-5-6 ਬੋਲੀਆਂ ਹੈਗੀਆਂ ਹੀ ਹੈਗੀਆਂ। ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਘੰਟੀ ਵਾਲੀ ਆਪਸ਼ਨ ਨੂੰ ਵੀ ਦਬਾ ਲਿਓ ਤਾਂ ਜੋ ਅਸੀਂ ਵਲੌਗ ਪਾਈਏ ਤੇ ਤੁਹਾਨੂੰ ਪਤਾ ਲੱਗ ਜੂ। ਥੈਂਕ ਯੂ ਲਵ ਯੂ ਲਵ ਯੂ ਟੂ ਲਵ ਯੂ।